एक पासे यूक्रेन अते रूस की जंग शुरू हो चुकी है। उत्थे हुण यूक्रेन विच फसे भारतीय विद्यार्थियों के मापे उन्हां दी सुरक्षा अते भारत वापसी नूं लैके चिंतित हन। यूक्रेन विच पढ़ाई लई गए गुरदासपुर के वासुदेव शर्मा ने जिथे लाइव होकर उत्थों की ताज़ा स्थिति बारे जाणू करवाया अते दस्या कि विद्यार्थी बंकरां विच इकट्ठे हो रहे हैं पर हजे तक भारतीय दूतावास वल्लों उन्हां लई कोई सहायता नहीं भेजी गई है। ਉਹ ਭੁੱਖੇ ਭਾਣੇ ਦਿਨ ਗੁਜ਼ਾਰ ਰਹੇ ਹਨ ਅਤੇ ਇਸ ਉਡੀਕ ਵਿੱਚ ਹਨ ਕਿ ਕਦੋਂ ਭਾਰਤੀ ਦੂਤਾਵਾਸ ਵੱਲੋਂ ਉਹਨਾਂ ਨੂੰ ਵਾਪਸ ਭੇਜਣ ਦੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਉਹਨਾਂ ਉੱਪਰ ਲਗਾਤਾਰ ਬੰਬਾਰੀ ਹੋ ਰਹੀ ਹੈ ਅਤੇ ਰੂਸ ਵੱਲੋਂ ਹਵਾਈ ਅੱਡੇ ਵੀ ਤਬਾਹ ਕਰ ਦਿੱਤੇ ਗਏ ਹਨ। ਉੱਥੇ ਹੀ ਵਾਸੂਦੇਵ ਮਾਪੇ ਭਾਰਤ ਸਰਕਾਰ ਦੇ ਮਾਮਲੇ ਵਿੱਚ ਤੁਰੰਤ ਕੋਈ ਪਹਿਲ ਨਾ ਕਰਨ ਤੇ ਖਾਸੇ ਨਾਰਾਜ਼ ਨਜ਼ਰ ਆ ਰਹੇ ਹਨ। ਗੁਰਦਾਸਪੁਰ ਦੇ ਨੌਜਵਾਨ ਵਾਸੂ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਯੂਕਰੇਨ ਵਿੱਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਜਲਦ ਭਾਰਤ ਲਿਆਂਦਾ ਜਾਵੇ। ਪਰਮਾਸੇ 2017 ਦੇ ਵਿੱਚ ਯੂਕਰੇਨ ਗਿਆ ਸੀਗਾ ਔਰ ਹੁਣ ਉਹ 5th ਈਅਰ ਦੇ ਵਿੱਚ ਉੱਥੇ ਸਟੱਡੀ ਕਰ ਰਿਹਾ ਹੈਗਾ ਔਰ ਇਸ ਟਾਈਮ ਜਿਹੜੇ ਹਾਲਾਤ ਹੈਗੇ ਆ ਕਿਉਂਕਿ ਰਸ਼ੀਆ ਨੇ ਜਿਹੜਾ ਹੈਗਾ ਉਹ ਅਟੈਕ ਕਰਤਾ ਹੈ ਇਹਨਾਂ ਦੋਵਾਂ ਦਾ ਕੰਟਰੀਆਂ ਦਾ ਆਪਸੀ ਮਸਲਾ ਹੈਗਾ ਬਟ ਜਿਹੜੇ ਸਾਡੇ ਬੱਚੇ ਆ ਉਸ ਟਾਈਮ ਉੱਥੇ ਫਸੇ ਹੋਏ ਨੇ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਕਿਉਂਕਿ ਅੱਜ ਹੀ ਰਸ਼ੀਆ ਨੇ ਕੱਲ੍ਹ ਰਾਤ ਰਸ਼ੀਆ ਨੇ ਉੱਥੇ ਹਮਲਾ ਕੀਤਾ ਸੀਗਾ ਔਰ ਉਹਦੇ ਕਰਕੇ ਏਅਰਬੇਸ ਜਿਹੜੇ ਉਹ ਪਤਾ ਲੱਗਿਆ ਵੀ ਉੱਥੇ ਖਤਮ ਮਤਲਬ ਤਬਾਹ ਕਰਤੇ ਨੇ ਔਰ ਰਸ਼ੀਆ ਦੀ ਜਿਹੜੀ ਫੋਰਸਾਂ ਹੈਗੀਆਂ ਉਹ ਐਂਟਰ ਕਰ ਚੁੱਕੀਆਂ ਨੇ ਔਰ ਸਾਡੇ ਬੱਚੇ ਜਿਹੜੇ ਹੈਗੇ ਨੇ ਉਹ ਇਸ ਟਾਈਮ ਜਿਹੜੇ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਦਾ ਜਿਹੜਾ ਹੋਸਟਲ ਹੈ ਉਹਦੇ ਬੰਕਰ ਦੇ ਵਿੱਚ ਹੈਗੇ ਨੇ। ਬੱਚਾ ਤਾਂ ਦੱਸ ਰਿਹਾ ਕਿ ਅਜੇ ਬੰਬਾਰੀ ਹੋ ਰਹੀ ਹੈ ਉੱਥੇ ਲਾਗੇ ਛਾਗੇ ਦੇ ਏਰੀਏ ਦੇ ਵਿੱਚ। ਫਿਲਹਾਲ ਬੱਚਿਆਂ ਨੂੰ ਇਹਨਾਂ ਨੇ ਐਡੂਪੀਡੀਆ ਓਵਰਸੀਜ਼ ਅਤੇ ਬੋਬ ਟ੍ਰੇਡਸ ਵਾਲਿਆਂ ਨੇ ਆਪਣੇ ਜਿਹੜੇ ਹੋਸਟਲ ਆ ਉਹਨਾਂ ਦੇ ਬੰਕਰਾਂ 'ਚ ਪਹੁੰਚਾ ਤਾ ਹੈਗਾ ਅਤੇ ਖਾਣ ਪੀਣ ਦਾ ਸਰ ਅਜੇ ਕੁਛ ਨਹੀਂ ਹੈਗਾ ਕਿਉਂਕਿ ਬਿਸਕਿਟ ਵਗੈਰਾ ਅਤੇ ਜੋ ਇਹਨਾਂ ਨੇ ਆਪਣੇ ਕੋਲੋਂ ਪਰਚੇਜ਼ ਕੀਤਾ ਬੱਚਿਆਂ ਨੇ ਅਤੇ ਜਾਂ ਇਹਨਾਂ ਨੇ ਡਾਕਟਰ ਸੰਧੂ ਨੇ ਪ੍ਰਪੇਅਰ ਕਰਾ ਕੇ ਦਿੱਤਾ ਥੋੜ੍ਹਾ ਬਹੁਤਾ ਉਹੀ ਉਹ ਹਜੇ ਖਾ ਰਹੇ ਨੇ ਕਿਉਂਕਿ ਉਹਨਾਂ ਦਾ ਹਜੇ ਇਹਨਾਂ ਦਾ ਧਿਆਨ ਸਿਰਫ ਨਾ 70 ਬੱਚੇ ਜਿਹੜੇ ਕੀਵ 'ਚ ਫਸੇ ਨੇ ਉਹਨਾਂ ਵੱਲ ਲੱਗਾ ਹੋਇਆ ਕਿ ਉਹਨਾਂ ਨੂੰ ਰੈਸਕਿਊ ਕੀਤਾ ਜਾਵੇ। ਸਾਡੀ ਮੰਗ ਹੈਗੀ ਕਿ ਦੇਖੋ ਬਾਕੀ ਕੰਟਰੀਜ਼ ਜਿਹੜੇ ਹੈਗੇ ਆ ਉਹਨਾਂ ਨੇ ਆਪਣੇ ਜਿਹੜੇ ਨਾਗਰਿਕ ਹੈਗੇ ਆ ਉਹਨਾਂ ਨੂੰ ਫ੍ਰੀ ਆਫ ਕੋਸਟ ਉੱਥੋਂ ਕੱਢਿਆ ਹੈਗਾ ਔਰ ਅਸੀਂ ਜੇਕਰ ਇੰਨਾ ਸਭ ਕੁਝ ਆਪਣੇ ਦੇਸ਼ ਵਾਸਤੇ ਕਰਦੇ ਹੈਗੇ ਟੈਕਸ ਪੇ ਕਰਦੇ ਪਿਆ ਤਾਂ ਸਾਡੀ ਸਰਕਾਰ ਦਾ ਵੀ ਫਰਜ਼ ਬਣਦਾ ਕਿ ਉਹਨਾਂ ਨੂੰ ਵਿਦਆਊਟ ਐਨੀ ਕੋਸਟ ਇੱਥੇ ਲਿਆਂਦਾ ਜਾਵੇ ਔਰ ਸਾਡੀ ਜਿਹੜੇ ਬੱਚਿਆਂ ਦੀ ਸੁਰੱਖਿਆ ਜਿਹੜੀ ਕੀਤੀ ਜਾਵੇ। ਡਾਕਟਰ ਵਸੂਦੇਵ ਸ਼ਰਮਾ ਉਹਦੇ ਮੇਰੇ ਨਾਲ ਅੱਜ 3-4 ਵਾਰੀ ਗੱਲ ਹੋਈ ਹੈ ਉਹ ਇਹੀ ਅਪੀਲ ਕਰਨੇ ਚਾਹੁੰਦੇ ਕਿ ਸਾਰੇ ਬੱਚਿਆਂ ਨੂੰ ਇੱਕੋ ਵਾਰੀ ਕੱਢਿਆ ਜਾਏ ਰੈਸਕਿਊ ਆਪਰੇਸ਼ਨ ਕੀਤਾ ਜਾਏ ਬੱਚਿਆਂ ਨੂੰ ਖਾਣਾ ਪੀਣਾ ਪ੍ਰੋਵਾਈਡ ਕੀਤਾ ਜਾਏ ਅਤੇ ਉਹਨਾਂ ਦੀ ਸੇਫਟੀ ਕੀਤੀ ਜਾਏ। ਕੀ ਹਾਲਾਤ ਕੀ ਨੇ ਤੁਸੀਂ ਕਿੱਥੇ ਰਹਿ ਰਹੇ ਹੋ? ਉੱਥੇ ਬੰਬਾਰਮੈਂਟ ਹੋ ਰਹੀ ਹੈ ਹੋਸਟਲ ਦੇ ਹੋਸਟਲ ਦੇ ਨੀਚੇ ਬੰਕਰ ਬਣਿਆ ਹੋਇਆ ਐਡੂਪੀਟੀ ਓਵਰਸੀਜ਼ ਦਾ ਹੋਸਟਲ ਹੈਗਾ ਯੂਨੀਵਰਸਿਟੀ ਦਾ ਅਤੇ ਉੱਥੇ ਰਹਿ ਰਹੇ ਆ ਬੱਚੇ ਬੰਕਰ 'ਚ ਸਾਰੇ ਬੱਚੇ ਇਸ ਵਕਤ ਅਰਾਊਂਡ 250-300 ਬੱਚੇ ਹਾਂਜੀ ਨਹੀਂ ਸਰ ਨਹੀਂ ਸਰ ਕੋਈ ਵੀ ਹਜੇ ਤੱਕ ਕੋਈ ਇੱਦਾਂ ਦਾ ਨਹੀਂ ਆਇਆ ਉਹਨਾਂ ਨੂੰ ਅਪਰੋਚ ਨਹੀਂ ਆਈ। ਮੈਂ ਇਹੀ ਮੰਗ ਕਰਾਂਗੀ ਕਿ ਬੱਚਿਆਂ ਨੂੰ ਸਾਰੇ ਬੱਚਿਆਂ ਨੂੰ ਜਿੰਨੇ ਵੀ ਬੱਚੇ ਉੱਥੇ ਫਸੇ ਪਏ ਆ ਚਾਹੇ ਉਹ ਕੀਵ ਹੈ ਚਾਹੇ ਉਹ ਬੋਗੋਮਲੈਟ ਹੈ ਚਾਹੇ ਉਹ ਅਡੈਸਾ ਯੂਨੀਵਰਸਿਟੀ ਹੈ ਚਾਹੇ ਉਹ ਖਾਰਕਿਵ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਹੈ ਇਹਨਾਂ ਸਾਰਿਆਂ 'ਚੋਂ ਸਾਰੇ ਬੱਚਿਆਂ ਨੂੰ ਉੱਥੋਂ ਸੇਫਲੀ ਇੰਡੀਆ ਪਹੁੰਚਾਇਆ ਜਾਏ।